फाइनेंस कंपनी वाले लालच देकर पहले अपने जाल में फंसा लेते हैं और बाद में रिकवरी के बहाने लोगों से मारपीट करते हैं। ताजा मामला अमृतसर के सदर बाजार का है। एक व्यक्ति ने कैपिटल फाइनेंस कंपनी से एक्टिवा स्कूटी ली। उस व्यक्ति का कहना है कि हम लगातार किश्त जमा करा रहे थे। कुछ दिन पहले गुरुपुर के कारण कैपिटल फाइनेंस कंपनी के करिंदे उसके घर आए और किश्त जमा कराने को कहा, तो हमने 3 दिन बैंक में छुट्टियां होने के कारण सोमवार को किश्त जमा करा देने की बात की। इतने में वो घर से चले गए। उधर उनका लड़का बाजार एक्टिवा पर सवार होकर गया तो रास्ते में घात लगाकर बैठे फाइनेंस कंपनी के करिंदों ने उस पर हमला कर उसे मारपीट शुरू कर दी और एक्टिवा स्कूटी छीनकर फरार हो गए। उधर जब हमें पता चला तो घायल हुए लड़के को अस्पताल में दाखिल कराया और पुलिस को सूचना दी। पुलिस ने आकर फाइनेंस कंपनी के करिंदों के खिलाफ मामला दर्ज करके जांच शुरू कर दी है। ਤੇ ਨਾ ਮੈਂ ਨਾ ਘਰੋਂ ਦੁੱਧ ਲੈਣ ਨਹੀਂ ਨਿਕਲਿਆ ਅਤੇ ਘਰਦਿਆਂ ਨੇ ਸਾਰੀ ਗੱਲ ਕਰ ਲਈ। ਉੱਦਣ ਛੁੱਟੀ ਹੈਗੀ ਆ ਅਤੇ ਅਗਲੇ ਦਿਨ ਤੁਹਾਨੂੰ ਕਿਸ਼ਤ ਪਾ ਦਾਂਗੇ ਅਤੇ ਕਹਿੰਦੇ ਚਲੋ ਠੀਕ ਆ। ਅਤੇ ਘਰ 'ਤੇ ਮੈਂ ਘਰੋਂ ਨਿਕਲਿਆ ਵਾਂ ਅਤੇ ਉਹਨਾਂ ਨੇ ਰਾਸਤੇ 'ਚ ਮਤਲਬ ਕਿ ਘੇਰੇ ਕੱਟਣਾ ਸ਼ੁਰੂ ਕਰਤਾ ਵਾ ਅਤੇ ਮੇਰੀ ਸਿਰ 'ਚ ਵੀ ਸੱਟਾਂ ਸੁੱਟਾਂ ਲਾ ਤੀਆਂ ਅਤੇ ਮਤਲਬ ਕਿ ਹੋਰ ਵੀ ਕੁੱਟਿਆ ਮੈਂ। ਬੰਦਾ ਜਾਣਿਆ ਪਛਾਣਿਆ? ਹਾਂਜੀ, ਉਹਨਾਂ ਦਾ ਮੇਨ ਹੈਡ ਦਾ ਨਾਂ ਪਤਾ, ਬਾਕੀ ਬੰਦਿਆਂ ਦਾ ਨਹੀਂ ਪਤਾ। ਉਹਨਾਂ ਦਾ ਮੇਨ ਹੈਡ ਹੈਗਾ ਦਵਿੰਦਰ। ਕੰਪਲੇਂਟ ਕੀਤੀ ਕੈਪਟਨ ਵਾਲਿਆਂ ਨੇ? ਕੈਪਟਨ ਵਾਲਿਆਂ ਨੇ ਕੀਤੀ ਸਰ, ਪੁਲਿਸ ਸਟੇਸ਼ਨ ਕੀਤੀ ਸੀ। ਕਿਸ਼ਤਾਂ ਦੋ ਕੁ ਟੁੱਟੀਆਂ ਸੀ ਸਰ ਪੈਂਡਿੰਗ। ਇੱਕ ਕਿਸ਼ਤ ਸਰ ਪਿਛਲੇ ਮਹੀਨੇ ਮੰਥ ਨੂੰ ਲੈ ਕੇ ਗਏ ਸੀ 26 ਤਰੀਕ ਨੂੰ ਆ ਕੇ, ਅਤੇ ਬਸ ਅਸੀਂ ਫਿਰ ਦੁਬਾਰਾ ਅਸੀਂ ਕਿਸ਼ਤ ਲੈਣ। ਅਤੇ ਉਹ ਮੇਰੇ ਘਰਦਿਆਂ ਨਾਲ ਗੱਲ ਹੋਈ ਸੀ ਕਿ ਤੁਹਾਨੂੰ ਛੁੱਟੀਆਂ ਗਈਆਂ 3 ਗੁਰਪੁਰਬ ਦੀਆਂ, ਅਤੇ ਆ ਕੇ ਤੁਸੀਂ ਮੰਡੇ ਨੂੰ ਲੈ ਜਾਓ। ਅਤੇ ਸਰ ਬੇਟਾ ਦੁੱਧ ਲੈਣ ਗਿਆ ਪੁਤਲੀ ਘਰ ਰੋਡ 'ਤੇ, ਇਹਨਾਂ ਨੇ ਸਰ ਉਹਦੇ ਪਿੱਛੇ ਲਾ ਕੇ ਅਤੇ ਉਹਨਾਂ ਕੁੱਟਮਾਰ ਕਰ ਲਈ। ਅਤੇ ਨਾਲ ਕੋਈ ਐਕਟਿਵਾ ਖੋਲੀ ਸਰ? ਹਾਂ, ਕੀਤੀ ਸਾਰੀ ਕੰਪਲੇਂਟ ਸਾਰੀ ਕੀਤੀ ਹੈ ਸਰ। ਕੈਪੀਟਲ ਵਾਲਿਆਂ ਨੇ ਕੀਤੀ, ਉਹ ਸਰ ਉਹ ਆਪਣੇ ਬੌਂਸ ਬੌਂਸ ਜਿਹੜੇ ਭੇਜੀ ਜਾਂਦਾ, ਬੰਦੇ ਭੇਜੀ ਜਾਂਦੇ, ਪਰ ਉਹਦੇ ਬਾਰੇ ਕੋਈ ਸਾਨੂੰ ਨਹੀਂ। ਸਰ ਪੁਲਿਸ ਵੱਲੋਂ ਇਹੀ ਹੋਈ ਹੈ ਆਪਣਾ, ਤੁਸੀਂ ਜੇ ਤੁਹਾਡਾ ਕੰਪਰਮਾਈਜ਼ ਹੁੰਦਾ ਤਾਂ ਕੰਪਰਮਾਈਜ਼ ਕਰ ਲਓ, ਬਸ ਇਹੀ ਕਹੀ ਜਾਂਦੇ ਕੰਪਰਮਾਈਜ਼ ਹੁੰਦਾ ਕੰਪਰਮਾਈਜ਼ ਕਰ ਲਓ। ਇਹਦੇ 'ਚ ਇੱਕ ਰਿਕਵਰੀ ਏਜੰਸੀ ਵੱਲੋਂ ਨਾ ਕੋਈ ਕਨੈਟਿਕ ਐਕਟਿਵਾ ਦੀ ਕਿਸ਼ਤਾਂ ਨਾ ਮੋੜਨ ਕਰਕੇ ਸ਼ਾਇਦ ਮੇਰੇ ਧਿਆਨ ਵਿੱਚ ਇਹ ਆਇਆ ਕਿ ਉਹਨਾਂ ਨੇ ਐਕਟਿਵਾ ਚੁੱਕਣਾ ਸੀਗਾ, ਅਤੇ ਉਹ ਐਕਟਿਵਾ ਜਿਹੜਾ ਸੀਗਾ ਇੱਕ ਬੱਚਾ ਚਲਾ ਰਿਹਾ ਸੀਗਾ, ਜਿਹੜਾ ਜਿਨ੍ਹਾਂ ਨੇ ਫਾਈਨਾਂਸ ਕਰਾਇਆ ਉਹਨਾਂ ਦਾ ਬੇਟਾ ਸੀਗਾ। ਉਹ ਦੁੱਧ ਲੈਣ ਵਗੈਰਾ ਜਾਂ ਦਹੀਂ ਲੈਣ ਗਿਆ ਸੀ, ਜਿਵੇਂ ਕਿ ਉਹਨਾਂ ਨੇ ਆਪਣੀ ਦਰਖਾਸਤ ਵਿੱਚ ਮੈਨਸ਼ਨ ਕੀਤਾ, ਅਤੇ ਉਹ ਜਿਹੜੀ ਰਿਕਵਰੀ ਏਜੰਸੀ ਵਾਲੇ ਨੇ ਉਹਨੂੰ ਕੁੱਟਮਾਰ ਕਰਕੇ ਖੋਹ ਕੇ ਲੈ ਗਏ ਨੇ ਦੁਕਾਨ ਐਕਟਿਵਾ। ਇਹ ਸਾਡੇ ਕੋਲ ਦਰਖਾਸਤ ਆਈ ਹੈ, ਸਾਡਾ ਪੜਤਾਲ ਕਰ ਰਹੇ ਹਾਂ ਜੋ ਵੀ ਇਹ ਕਾਰਵਾਈ ਕਰ ਸਕਦੇ। जागृति लहर के लिए अमृतसर से अमन माहल की रिपोर्ट।